ਕਦੇ ਵੀ ਲਾਲਚ ਵਿੱਚ ਨਹੀਂ ਪੈਣਾ ਚਾਹੀਦਾ। ਜਿੰਨੀ ਚਾਦਰ ਹੋਵੇ ਓਨੇ ਹੀ ਪੈਰ ਪਸਾਰਨੇ ਚਾਹੀਦੇ ਹਨ। ਆਪਣੇ ਜੀਵਨ ਵਿੱਚ ਸੰਤੁਸ਼ਟਤਾ ਲਿਆਓ। ਜੇਕਰ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਤੁਸੀਂ ਇਹੀ ਸੋਚੋਗੇ ਕਿ ਹੋਰ ਮਿਲ ਜਾਵੇ, ਹੋਰ ਮਿਲ ਜਾਵੇ। ਜ਼ਿਆਦਾ ਲਾਲਚ ਜ਼ਿਆਦਾ ਦੁੱਖਾਂ ਦਾ ਕਾਰਨ ਵੀ ਬਣ ਜਾਂਦਾ ਹੈ। ਲਾਲਚ ਤਿਆਗਣ ਵਾਲਾ ਸੁੱਖ ਨੂੰ ਪ੍ਰਾਪਤ ਕਰਦਾ ਹੈ। ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਸਾਡੀਆਂ ਫਰੈਸ਼ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ। ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਇੱਕ ਵਾਰ ਯਾਤਰਾ ਦੇ ਦੌਰਾਨ ਭਾਈ ਮਰਦਾਨਾ ਜੀ ਨੂੰ ਭੁੱਖ ਪਿਆਸ ਸਤਾਉਣ ਲੱਗੀ। ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਕਿਸੇ ਨਿਕਟਵਰਤੀ ਪਿੰਡ ਵੱਲੋਂ ਭੋਜਨ ਕਰਾਉਣ ਦੀ ਆਗਿਆ ਦਿਓ। ਤਦ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਭਾਈ ਮਰਦਾਨਾ, ਅਸੀਂ ਆਪਣੇ ਖੇਤਰ ਵੱਲੋਂ ਹੁਣੇ ਜ਼ਿਆਦਾ ਦੂਰ ਨਹੀਂ ਆਏ, ਇਸ ਲਈ ਸਾਰੇ ਲੋਕ ਸਾਨੂੰ ਜਾਣਦੇ ਹਨ। ਤੁਸੀਂ ਗੁਆਂਢ ਦੇ ਪਿੰਡ ਵਿੱਚ ਜਾ ਕੇ ਕਹੋ ਕਿ ਮੈਂ ਨਾਨਕ ਦਾ ਚੇਲਾ ਹਾਂ, ਉਹ ਮੇਰੇ ਨਾਲ ਹਨ, ਅਸੀਂ ਹਰਿਦੁਆਰ ਜਾ ਰਹੇ ਹਾਂ, ਸਾਨੂੰ ਭੋਜਨ ਚਾਹੀਦਾ ਹੈ। ਮਰਦਾਨਾ ਜੀ ਆਗਿਆ ਮੰਨ ਕੇ ਪਿੰਡ ਵਿੱਚ ਪਹੁੰਚੇ ਅਤੇ ਲੋਕਾਂ ਵੱਲੋਂ ਅਨੁਰੋਧ ਕੀਤਾ ਕਿ ਉਸ ਨੂੰ ਭੋਜਨ ਕਰਾ ਦਿਓ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਚੇਲਾ ਹੈ। ਤਦ ਕੀ ਸੀ, ਪਿੰਡ ਦੇ ਸਾਰੇ ਲੋਕਾਂ ਨੇ ਨਾਨਕ ਜੀ ਦਾ ਨਾਮ ਸੁਣ ਕੇ ਮਰਦਾਨਾ ਆਦਰ ਕੀਤਾ ਅਤੇ ਬਹੁਤ ਹੀ ਵਡਮੁੱਲਾ ਵਸਤੂਆਂ ਉਪਹਾਰ ਸਵਰੂਪ ਭੇਂਟ ਵਿੱਚ ਦਿੱਤੀਆਂ। ਇਹ ਸਭ ਵਸਤੂਆਂ ਅਤੇ ਵਸਤਰ ਇਤਿਆਦਿ ਇਕੱਠੇ ਕਰ ਇੱਕ ਭਾਰੀ ਬੋਝ ਦੇ ਰੂਪ ਵਿੱਚ ਚੁੱਕ ਕੇ ਮਰਦਾਨਾ ਜੀ ਗੁਰੂ ਦੇਵ ਦੇ ਕੋਲ ਪਹੁੰਚੇ ਅਤੇ ਕਹਿਣ ਲੱਗੇ, ਤੁਹਾਡੇ ਆਦੇਸ਼ ਅਨੁਸਾਰ ਜਦੋਂ ਮੈਂ ਇੱਕ ਪਿੰਡ ਵਿੱਚ ਅਪੜਿਆ ਤਾਂ ਤੁਹਾਡਾ ਨਾਮ ਸੁਣ ਕੇ ਲੋਕਾਂ ਨੇ ਖੁਸ਼ ਹੋ ਕੇ ਮੇਰਾ ਬਹੁਤ ਅਤਿਥੀ ਆਦਰ ਕੀਤਾ ਅਤੇ ਇਹ ਵਸਤੂਆਂ ਤੁਹਾਨੂੰ ਭੇਜੀਆਂ ਹਨ। ਇਸ ਉੱਤੇ ਗੁਰਦੇਵ ਮਰਦਾਨਾ ਜੀ ਘੱਟ ਬੁੱਧੀ ਉੱਤੇ ਹੱਸ ਦਿੱਤੇ ਅਤੇ ਕਹਿਣ ਲੱਗੇ, ਮਰਦਾਨਾ ਜੀ ਤੁਸੀਂ ਹੀ ਦੱਸੋ ਅਸੀਂ ਇਹਨਾਂ ਵਸਤੂਆਂ ਦਾ ਕੀ ਕਰਾਂਗੇ। ਜੇਕਰ ਵਸਤੂਆਂ ਵੱਲੋਂ ਹੀ ਮੋਹ ਹੁੰਦਾ ਤਾਂ ਅਸੀਂ ਮੋਦੇਖਾਣੇ ਦੇ ਕਾਰਜ ਦਾ ਤਿਆਗ ਹੀ ਕਿਉਂ ਕਰਦੇ? ਕੀ ਉੱਥੇ ਸਾਨੂੰ ਵਸਤੂਆਂ ਦੀ ਕਮੀ ਸੀ? ਮਰਦਾਨਾ ਜੀ ਕਹਿਣ ਲੱਗੇ, ਤੁਸੀਂ ਠੀਕ ਕਹਿੰਦੇ ਹੋ, ਮੈਂ ਅਲਪਗਿਆ ਹਾਂ, ਮੈਨੂੰ ਮਾਫ਼ ਕਰੋ, ਪਰ ਹੁਣ ਮੈਂ ਇਹਨਾਂ ਵਸਤੂਆਂ ਦਾ ਕੀ ਕਰਾਂ? ਨਾਨਕ ਜੀ ਕਹਿਣ ਲੱਗੇ, ਇਹ ਵਸਤੂਆਂ ਇੱਥੇ ਹੀ ਤਿਆਗ ਦਿਓ। ਮਰਦਾਨਾ ਜੀ ਕਹਿਣ ਲੱਗੇ, ਇਹ ਤਾਂ ਠੀਕ ਹੈ, ਪਰ ਇਹ ਸਾਹਸ ਮੇਰੇ ਵਿੱਚ ਨਹੀਂ ਹੈ ਕਿ ਮੈਂ ਇਸ ਅਮੁੱਲ ਪਿਆਰ ਭਰੇ ਤੋਹਫ਼ਿਆਂ ਨੂੰ ਇੱਥੇ ਸੁੱਟ ਦੇਵਾਂ। ਨਾਨਕ ਜੀ ਕਹਿਣ ਲੱਗੇ, ਤਾਂ ਠੀਕ ਹੈ, ਜੋ ਤੁਹਾਡੀ ਇੱਛਾ ਹੈ ਕਰੋ, ਪਰ ਸਾਨੂੰ ਤਾਂ ਅੱਗੇ ਆਪਣੀ ਮੰਜ਼ਿਲ ਦੇ ਵੱਲ ਵਧਣਾ ਹੈ। ਮਰਦਾਨਾ ਜੀ ਕਹਿਣ ਲੱਗੇ, ਠੀਕ ਹੈ, ਮੈਂ ਇਹਨਾਂ ਤੋਹਫ਼ਿਆਂ ਦੇ ਬੋਝੇ ਨੂੰ ਚੁੱਕ ਕੇ ਚੱਲਦਾ ਹਾਂ। ਹੁਣ ਮਰਦਾਨਾ ਜੀ ਗੁਰੂ ਦੇਵ ਜੀ ਦੇ ਪਿੱਛੇ ਪਿੱਛੇ ਚੱਲ ਪਏ, ਪਰ ਜਲਦੀ ਹੀ ਥੱਕ ਗਏ, ਜਿਸ ਕਾਰਨ ਗੁਰੂ ਜੀ ਨੂੰ ਰੁਕਣ ਲਈ ਆਵਾਜ਼ਾਂ ਦੇਣ ਲੱਗੇ। ਤਦ ਗੁਰੂ ਦੇਵ ਨੇ ਕਿਹਾ, ਭਾਈ ਮਰਦਾਨੇ, ਹੁਣੇ ਵੀ ਸਮਾਂ ਹੈ, ਮਾਇਆ ਦਾ ਮੋਹ ਤਿਆਗੋ, ਇਸ ਨੂੰ ਇੱਥੇ ਸੁੱਟ ਕੇ ਸਰਲਤਾ ਵੱਲੋਂ ਸਾਡੇ ਨਾਲ ਚੱਲੋ। ਪਰ ਮਰਦਾਨਾ ਜੀ ਨੇ ਬੋਝੇ ਮਨ ਵੱਲੋਂ ਕੁਝ ਇੱਕ ਨਿਮਨ ਪੱਧਰ ਦੀਆਂ ਵਸਤੂਆਂ ਉੱਥੇ ਹੀ ਜ਼ਰੂਰਤਮੰਦਾਂ ਨੂੰ ਵੰਡ ਦਿੱਤੀਆਂ, ਪਰ ਕੁਝ ਇੱਕ ਵਸਤੂਆਂ ਬਚਾ ਕੇ ਫਿਰ ਵੱਲੋਂ ਰੱਖ ਲਈਆਂ। ਹੁਣ ਬੋਝ ਬਹੁਤ ਘੱਟ ਅਤੇ ਕਾਫ਼ੀ ਹਲਕਾ ਹੋ ਗਿਆ ਸੀ, ਇਸ ਲਈ ਮਰਦਾਨਾ ਜੀ ਹੁਣ ਸਰਲਤਾ ਨਾਲ ਗੁਰੂ ਜੀ ਨਾਲ ਚੱਲਣ ਲੱਗੇ। ਪਰ ਕੁਝ ਦੂਰੀ ਉੱਤੇ ਜਾਣ ਤੋਂ ਬਾਅਦ ਫਿਰ ਉਹੀ ਹਾਲਤ, ਮਰਦਾਨਾ ਜੀ ਫਿਰ ਪਿੱਛੇ ਛੁੱਟ ਗਏ ਅਤੇ ਥੱਕ ਗਏ, ਜਿਹਨੂੰ ਵੇਖ ਕੇ ਗੁਰੂ ਦੇਵ ਨੇ ਮਰਦਾਨਾ ਜੀ ਨੂੰ ਫਿਰ ਕਿਹਾ, ਇਹ ਬੋਝ ਤਿਆਗੋ, ਇਹ ਮਾਇਆ ਜਾਲ ਹੈ, ਜਦੋਂ ਤੱਕ ਇਸ ਨੂੰ ਨਹੀਂ ਤਿਆਗੋਗੇ ਤਦ ਕਠਿਨਾਈਆਂ ਦਾ ਭਾਰ ਤੁਹਾਡੇ ਸਿਰ ਉੱਤੇ ਪਿਆ ਰਹੇਗਾ ਅਤੇ ਤੁਸੀਂ ਵਿਅਰਥ ਵਿੱਚ ਵਿਆਕੁਲ ਹੁੰਦੇ ਰਹੋਗੇ।
ਅਤੇ ਤਿਆਗ ਵਿੱਚ ਹੀ ਸੁੱਖ ਹੈ। ਮਰਦਾਨਾ ਜੀ ਨੇ ਤਦ ਆਗਿਆ ਮਾਨ ਕੇ ਸਾਰੀਆਂ ਵਸਤੂਆਂ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀਆਂ ਅਤੇ ਖਾਲੀ ਹੱਥਾਂ ਵਿੱਚ ਕੇਵਲ ਰਬਾਬ ਚੁੱਕੇ ਗੁਰੂ ਦੇਵ ਦੇ ਪਿੱਛੇ ਚੱਲ ਪਏ। ਹੁਣ ਉਹਨਾਂ ਦੇ ਸਾਹਮਣੇ ਭਾਰੀ ਭਰਕਮ ਬੋਝ ਦੀ ਦਿਖਾਉਣ ਦੀ ਸਮੱਸਿਆ ਨਹੀਂ ਸੀ ਅਤੇ ਉਹ ਸਧਾਰਨ ਰੂਪ ਵਿੱਚ ਤੇਜ਼ ਰਫ਼ਤਾਰ ਨਾਲ ਚੱਲੇ ਜਾ ਰਹੇ ਸਨ। ਗੁਰੂ ਦੇਵ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ, ਮਰਦਾਨੇ, ਵਾਸਤਵ ਵਿੱਚ ਇਹ ਸੰਸਾਰ ਇਸ ਮਾਇਆ ਦਾ ਬੋਝ ਸਿਰ ਉੱਤੇ ਬਿਨਾਂ ਕਾਰਨ ਚੁੱਕੇ ਘੁੰਮ ਰਿਹਾ ਹੈ, ਜਿਸ ਦੇ ਨਾਲ ਉਹ ਕਦਮ ਕਦਮ ਉੱਤੇ ਥਕਾਨ ਦੇ ਕਾਰਨ ਵਿਆਕੁਲ ਹੈ, ਪਰ ਮੋਹ ਵੱਸ ਉਸ ਦਾ ਤਿਆਗ ਵੀ ਨਹੀਂ ਕਰ ਪਾਉਂਦਾ ਅਤੇ ਜੀਵਨ ਦੇ ਸਫ਼ਰ ਦੀ ਖੁਸ਼ੀ ਵੀ ਨਹੀਂ ਲੈ ਪਾਉਂਦਾ। ਵਾਸਤਵ ਵਿੱਚ ਖੁਸ਼ੀ ਤਾਂ ਮਾਇਆ ਮੋਹ ਦੇ ਜਾਲ ਨੂੰ ਤੋੜ ਕੇ ਉਸ ਦੇ ਤਿਆਗ ਵਿੱਚ ਹੀ ਹੈ। ਮਰਦਾਨਾ ਜੀ ਕਹਿਣ ਲੱਗੇ, ਤੁਸੀਂ ਠੀਕ ਕਹਿੰਦੇ ਹੋ, ਪਰ ਮੈਂ ਅਲਪੱਗਿਆ ਹਾਂ। ਤੁਸੀਂ ਕਿਰਪਾ ਕਰੋ ਤਾਂ ਮੈਂ ਸਭ ਸਮਝ ਜਾਵਾਂਗਾ, ਪਰ ਇਹ ਦੱਸਣ ਦੀ ਕਿਰਪਾ ਕਰੋ ਕਿ ਬਿਨਾਂ ਮਾਇਆ ਦੇ ਗੁਜ਼ਾਰੇ ਕਿਵੇਂ ਸੰਭਵ ਹਨ। ਨਾਨਕ ਜੀ ਕਹਿਣ ਲੱਗੇ, ਮਰਦਾਨਾ ਜੀ, ਤੁਸੀਂ ਗੱਲ ਨੂੰ ਠੀਕ ਵੱਲੋਂ ਸਮਝਿਆ ਹੀ ਨਹੀਂ ਹੈ। ਮੇਰੇ ਕਹਿਣ ਦਾ ਮੰਤਵ ਇਹ ਹੈ ਕਿ ਵਿਅਕਤੀ ਆਪਣੀ ਲੋੜ ਅਨੁਸਾਰ ਹੀ ਮਾਇਆ ਦਾ ਵਰਤੋਂ ਕਰੇ। ਮਾਇਆ ਨੂੰ ਸੰਗ੍ਰਹਿ ਕਰਨਾ ਉਸਦਾ ਗੁਲਾਮ ਬਣਨਾ ਹੈ, ਜਿਵੇਂ ਕਿ ਤੁਸੀਂ ਬਿਨਾਂ ਲੋੜ ਦੇ ਵਸਤੂਆਂ ਸਿਰ ਉੱਤੇ ਚੁੱਕ ਲਈਆਂ ਸਨ, ਜਦੋਂ ਕਿ ਤੁਸੀਂ ਲੋੜ ਅਨੁਸਾਰ ਨਵੇਂ ਵਸਤਰ ਧਾਰਨ ਕਰ ਲਏ ਸਨ। ਉਸ ਦੇ ਇਲਾਵਾ ਬਾਕੀ ਸਭ ਉੱਥੇ ਹੀ ਤਿਆਗ ਕੇ ਚੱਲੇ ਆਉਣਾ ਚਾਹੀਦਾ ਸੀ। ਨਵੇਂ ਵਸਤਰ ਧਾਰਨ ਕਰਨਾ ਇਹ ਤੁਹਾਡੀ ਲੋੜ ਸੀ, ਪਰ ਇਹ ਬੋਝਾ ਤਾਂ ਕੇਵਲ ਲਾਲਚ ਸੀ, ਤ੍ਰਿਸ਼ਨਾ ਸੀ, ਜੋ ਕਿ ਤੁਹਾਨੂੰ ਦੁਖੀ ਕਰ ਰਹੀ ਸੀ। ਮਰਦਾਨਾ ਜੀ ਕਹਿਣ ਲੱਗੇ, ਗੁਰੂ ਜੀ, ਮੈਂ ਹੁਣ ਜੀਵਨ ਦੇ ਰਹੱਸ ਨੂੰ ਤੁਹਾਡੀ ਕਿਰਪਾ ਵੱਲੋਂ ਸਮਝ ਰਿਹਾ ਹਾਂ ਅਤੇ ਤੁਸੀਂ ਇਸੇ ਪ੍ਰਕਾਰ ਸਮੇਂ-ਸਮੇਂ ਉੱਤੇ ਮੇਰਾ ਮਾਰਗ ਦਰਸ਼ਨ ਕਰਦੇ ਰਹੋ ਅਤੇ ਤੁਸੀਂ ਇਹ ਦੱਸੋ ਕਿ ਵਾਸਤਵ ਵਿੱਚ ਮਾਇਆ ਕੀ ਹੈ। ਨਾਨਕ ਜੀ ਕਹਿਣ ਲੱਗੇ, ਇਹ ਉਹ ਸਾਰੀਆਂ ਸੰਸਾਰਿਕ ਵਸਤੂਆਂ ਮਾਇਆ ਹੀ ਹਨ ਜਿਨ੍ਹਾਂ ਨੂੰ ਪਾਉਣ ਲਈ ਮਨ ਵਿੱਚ ਲਾਲਸਾ ਪੈਦਾ ਹੋਵੇ। ਇਸ ਮਾਇਆ ਦਾ ਬਹੁਤ ਫੈਲਿਆ ਹੋਇਆ ਸਵਰੂਪ ਹੈ। ਪਤਨੀ, ਬੱਚੇ, ਮਕਾਨ, ਭੂਮੀ ਅਤੇ ਹੋਰ ਵਡਮੁੱਲਾ ਸਮੱਗਰੀ ਸਭ ਮਾਇਆ ਦਾ ਹੀ ਰੂਪ ਹੈ। ਇਸ ਦਾ ਅਨੇਕ ਰੂਪਾਂ ਵਿੱਚ ਪ੍ਰਸਾਰ। ਮੰਤਵ ਇਹ ਹੈ ਕਿ ਇਹ ਸਾਰਾ ਕੁਝ ਮਾਇਆ, ਜਿਹਨੂੰ ਪ੍ਰਾਪਤ ਕਰਨ ਦੀ ਅਸੀਂ ਇੱਛਾ ਕਰਦੇ ਹਾਂ, ਜੇਕਰ ਅਸੀਂ ਇਸ ਦਾ ਵਰਤੋਂ ਲੋੜ ਅਨੁਸਾਰ ਸੰਤੋਸ਼ੀ ਹੋ ਕੇ ਕਰੀਏ ਤਾਂ ਇਹ ਮਨੁੱਖ ਦੀ ਦਾਸੀ ਬਣ ਕੇ ਉਸਦੀ ਸੇਵਾ ਕਰਦੀ ਹੈ। ਪਰ ਅਸੀਂ ਤਾਂ ਬਿਨਾਂ ਲੋੜ ਕੇਵਲ ਲੋਭ ਲਾਲਚ ਵਿੱਚ ਅੰਧੇ ਹੋ ਕੇ ਇਸ ਨੂੰ ਇਕੱਠਾ ਕਰਨ ਲਈ ਭੱਜਦੇ ਹਾਂ, ਜਿਸ ਦੇ ਨਾਲ ਅਸੀਂ ਦੁਖੀ ਹੁੰਦੇ ਹਾਂ ਅਤੇ ਸਾਡਾ ਜੀਵਨ ਕਸ਼ਟਮਈ ਹੋ ਜਾਂਦਾ ਹੈ। ਕਿਉਂਕਿ ਤ੍ਰਿਸ਼ਨਾ ਦੀ ਤਾਂ ਕੋਈ ਸੀਮਾ ਨਹੀਂ ਹੈ। ਇਹ ਤ੍ਰਿਸ਼ਨਾ ਠੀਕ ਉਸੇ ਪ੍ਰਕਾਰ ਕਾਰਜ ਕਰਦੀ ਹੈ ਜਿਸ ਤਰ੍ਹਾਂ ਅੱਗ ਬਾਲਣ ਨੂੰ ਜਲਾਉਂਦੀ ਚਲੀ ਜਾਂਦੀ ਹੈ। ਅੱਗ ਕਦੇ ਵੀ ਬਾਲਣ ਪਾਉਣ ਵੱਲੋਂ ਸ਼ਾਂਤ ਨਹੀਂ ਹੁੰਦੀ, ਉਹ ਤਾਂ ਵੱਧਦੀ ਹੀ ਜਾਂਦੀ ਹੈ। ਠੀਕ ਇਸ ਪ੍ਰਕਾਰ ਤ੍ਰਿਸ਼ਨਾ ਸ਼ਾਂਤ ਨਹੀਂ ਹੁੰਦੀ, ਉਹ ਤਾਂ ਵੱਧਦੀ ਹੀ ਜਾਂਦੀ ਹੈ। ਭਲੇ ਹੀ ਤੁਸੀਂ ਸਾਰੇ ਮਨੁੱਖ ਸਮਾਜ ਦੀ ਅਮੁੱਲੀ ਸਮੱਗਰੀ ਇਕੱਠੀ ਕਰਕੇ ਭੰਡਾਰ ਕਰ ਲਵੋ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਵੀਡੀਓ ਨੂੰ ਦੇਖਣ ਲਈ ਧੰਨਵਾਦ। ਅਗਲੀ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਸਾਡੀਆਂ ਫਰੈਸ਼ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ। ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।